ਹੈਲੋ ਜੀ, ਸਤਿ ਸ਼੍ਰੀ ਅਕਾਲ। ਇੰਦਰ ਕਲੈਕਸ਼ਨ 'ਤੇ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ। ਅੱਜ ਦੀ ਕਲੈਕਸ਼ਨ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਆਏ ਜੀ ਸੂਟਸ, ਜਿਹੜੇ ਕਿ ਆਪਾਂ ਨੇ ਸਟਿਚ ਕੀਤੇ ਸੀ, ਉਹਨਾਂ ਨੂੰ ਰੈਡੀ ਕੀਤਾ ਅਤੇ ਰੈਡੀ ਕਿਵੇਂ ਕੀਤਾ ਅਤੇ ਕਿਵੇਂ ਡਿਜ਼ਾਇਨ ਬਣਾਇਆ ਉਹਨਾਂ ਦਾ, ਅਤੇ ਉਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ। ਕਿਉਂਕਿ ਇਹ ਵਾਲੇ ਜਿਹੜੇ ਸੀਗੇ ਆਪਣੇ ਕੋਲ ਦੁਪੱਟੇ ਆਏ ਸੀ, ਪਿਓਰ ਬਨਾਰਸੀ ਦੁਪੱਟੇ ਜੀ। ਮੈਂ ਸਾਰਿਆਂ ਨਾਲ ਵੀਡੀਓ ਵੀ ਸ਼ੇਅਰ ਕੀਤੀ ਸੀਗੀ ਜੀ, ਅਤੇ ਕਈ ਭੈਣਾਂ ਨੇ ਦੁਪੱਟੇ ਪਰਚੇਜ਼ ਕਰਕੇ ਉਹਨਾਂ ਨਾਲ ਜਿਹੜੇ ਸੂਟ ਬਣਾਏ ਆ ਉਹ ਆਪਾਂ ਨੇ ਐਵੇਂ ਬਣਾਏ ਜੀ। ਬਹੁਤ ਹੀ ਸੋਹਣਾ ਦੇਖੋ ਤੁਸੀਂ, ਇਹ ਦੇਖੋ ਜੀ ਤੁਸੀਂ, ਇਹ ਉਹਨਾਂ ਦੀ ਸ਼ਰਟ 'ਤੇ ਕੰਮ ਕੀਤਾ ਆਪਾਂ ਨੇ, ਠੀਕ ਹੈ ਜੀ। ਦੈਨ ਜਿਹੜਾ ਗਲਾ ਹੈਗਾ ਉਹਨੂੰ ਇੱਦਾਂ ਕਰਕੇ ਪੋਟਲੀ ਨਾਲ ਡਿਜ਼ਾਇਨ ਕੀਤਾ, ਅਤੇ ਲੈਸ ਜਿਹੜੀ ਹੈਗੀ ਆਪਾਂ ਨੇ, ਸੋਰੀ, ਫਿਨਿਸ਼ਿੰਗ ਜਿਹੜੀ ਹੈਗੀ ਹੈ ਪੈਂਟ ਨਾਲ ਦੀ ਦਿੱਤੀ ਹੈ, ਅਤੇ ਦੁਪੱਟਾ ਵੀ ਜਿਹੜਾ ਹੈਗਾ ਜੀ ਪੈਂਟ ਦੇ ਨਾਲ ਦਾ ਹੀ ਹੈਗਾ, ਦੁਪੱਟੇ ਦੇ ਉੱਪਰ ਲਟਕਣ ਲੱਗਣ ਵਾਸਤੇ ਗਿਆ ਹੋਇਆ ਜੀ। ਅਤੇ ਇਹ ਮੈਂ ਦੁਪੱਟੇ ਤੁਹਾਨੂੰ ਦਿਖਾ ਵੀ ਦਿੰਦੀ ਹਾਂ, ਇਹਨਾਂ ਨਾਲ ਦੇ ਦੁਪੱਟੇ ਸੀ ਜੀ ਉਹ ਜਿਹੜੇ ਭੈਣ ਉਹਨਾਂ ਨੇ ਬਾਏ ਕੀਤੇ ਆ। ਜਿਵੇਂ ਇਹ ਵਾਲਾ ਦੁਪੱਟਾ ਜੀ, ਇਹਦੇ ਨਾਲ ਵੀ ਤੁਸੀਂ ਕੁਛ ਵੀ ਕਰਵਾ ਸਕਦੇ ਹੋ, ਪੈਟ ਗ੍ਰੀਨ ਕਰਾ ਸਕਦੇ ਹੋ। ਇਹ ਐਵੇਂ ਦਾ ਸੀਗਾ ਜੀ, ਅਤੇ ਇਹਦੇ ਨਾਲ ਆਪਾਂ ਨੇ ਐਵੇਂ ਇਹ ਸੂਟ ਰੈਡੀ ਕੀਤਾ ਸਿਲਕ ਦੇ ਵਿੱਚ ਜੀ, ਖਾਦੀ ਸਿਲਕ ਦੇ ਵਿੱਚ ਜੀ। ਬਹੁਤ ਹੀ ਪਿਆਰਾ ਬਣਿਆ ਹੋਇਆ ਜੀ, ਤੁਸੀਂ ਦੇਖ ਸਕਦੇ ਹੋ, ਬਹੁਤ ਸੋਹਣਾ ਬਣਿਆ ਹੋਇਆ ਜੀ। ਕਲਰ ਕੰਟਰਾਸਟ ਵੀ ਬਹੁਤ ਸੋਹਣਾ ਹੈਗਾ ਜੀ, ਇਹਦੇ ਵਿੱਚ ਇਹ ਬਣਿਆ ਜੀ ਆਪਣੇ ਕੋਲ। ਦੈਨ ਫਿਰ ਆਪਣੇ ਕੋਲ ਜੀ ਇਹ ਸੂਟ ਬਣ ਕੇ ਜਾ ਰਹੇ ਨੇ ਜੀ, ਇਹਨਾਂ ਦੀ ਬਹੁਤ ਜ਼ਿਆਦਾ ਮੇਰੇ ਕੋਲ ਬੁਕਿੰਗ ਹੁੰਦੀ ਆ ਜੀ, ਤੁਸੀਂ ਦੇਖ ਸਕਦੇ ਹੋ। ਇਹ ਵੀ ਭੈਣ ਉਹਨਾਂ ਦਾ ਇਸ ਉਸੇ ਟਾਈਮ ਬੁੱਕ ਹੋਇਆ ਸੀ ਜੀ, ਅਤੇ ਉਹਨਾਂ ਨੂੰ ਰੈਡੀ ਕਰਕੇ ਦਿੱਤਾ। ਕਿਰਨ ਭੈਣ ਹੈਗੇ ਨੇ ਜੀ, ਉਹਨਾਂ ਦਾ ਸੂਟ ਹੈ ਇਹ। ਇਹ ਵੀ ਬਹੁਤ ਪਿਆਰਾ ਹੈਗਾ ਜੀ, ਅਤੇ ਸੋਰੀ ਕਿ ਵੀ ਮੈਨੂੰ ਥੋੜ੍ਹਾ ਜਿਹਾ, ਮੇਰਾ ਕੋਰੀਅਰ ਜਿਹੜਾ ਹੈਗਾ ਲੇਟ ਜ਼ਰੂਰ ਹੋ ਜਾਂਦਾ, ਕੰਮ ਦੀ ਬੜੀ ਤਸੱਲੀ ਹੁੰਦੀ ਹੈ ਜੀ। ਕੰਮ ਵੀਡੀਓ ਮੈਂ ਤਦ ਹੀ ਪਾਉਣੀ ਹੁੰਦੀ ਹੈ ਜਦੋਂ ਮੇਰਾ ਕੰਮ ਜਿਹੜਾ ਕਿ ਫਾਈਨਲ ਹੋ ਗਿਆ ਹੁੰਦਾ, ਕਿ ਉਸ ਤੋਂ ਬਾਅਦ ਜਿਹੜੇ ਆਰਡਰ ਲੈਣੇ ਹੁੰਦੇ ਨੇ ਆਪਾਂ ਉਹ ਹੀ ਫਟ ਲੈਂਦੇ ਹਾਂ, ਤਾਂ ਕਿ ਵੀ ਆਪਾਂ ਨੂੰ ਕੋਈ ਬਾਅਦ 'ਚ ਪ੍ਰੋਬਲਮ ਨਾ ਆਵੇ ਜੀ। ਤੁਸੀਂ ਦੇਖ ਸਕਦੇ ਹੋ ਆਪਾਂ ਸਲਵਾਰ ਦੀ ਇਹਦੇ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਆ, ਸਲਵਾਰ ਵੀ ਇਹਦੀ ਡੋਟਸ ਵਾਲੀ ਹੈ, ਸਲਵਾਰ ਦੇ ਉੱਪਰ ਵੀ ਜਿਹੜਾ ਹੈਗਾ ਕੰਮ ਕੀਤਾ ਹੋਇਆ ਜੀ। ਇਹ ਸਲਵਾਰ ਹੈਗੀ ਹੈ ਜੀ, ਅਤੇ ਇਹ ਇਹਦਾ ਦੁਪੱਟਾ ਹੈਗਾ ਜੀ, ਹਲਕਾ ਜਿਹਾ ਆਪਾਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਕੰਮ ਕਰਾਇਆ, ਬਹੁਤ ਹੀ ਸੋਹਣਾ ਯੂਨੀਕ ਜਿਹਾ ਕੰਮ ਹੋਇਆ ਹੋਇਆ। ਅਤੇ ਇਹ ਤੁਸੀਂ ਸਾਡੇ ਕੋਲ ਇਹਦੀ ਮਤਲਬ ਕਲਰਸ ਅਵੇਲੇਬਲ ਹੈਗੇ ਆ, ਤੁਸੀਂ ਕਰਵਾ ਸਕਦੇ ਹੋ। ਅਤੇ ਫਿਰ ਆਪਣੇ ਕੋਲ ਜੀ ਇਹ ਵਾਲੇ ਸੂਟਸ ਵੀ ਬਹੁਤ ਰੈਡੀ ਹੋ ਕੇ ਗਏ ਆ, ਤੁਹਾਨੂੰ ਦਿਖਾ ਦਿੰਦੀ ਹਾਂ। ਇਹ ਵਾਲਾ ਸੂਟ ਦੀ ਭੈਣ ਉਹਨਾਂ ਦੇ ਹੈਗਾ, ਮਨਦੀਪ ਭੈਣ, ਦੇਖੋ ਤੁਸੀਂ ਇਹ ਉਹਨਾਂ ਦਾ ਸੂਟ ਹੈ ਜੀ। ਆਪਾਂ ਨੇ ਦੇਖੋ ਤੁਸੀਂ ਇੱਥੇ ਵਰਕ ਕੀਤਾ, ਦੈਨ ਇਹਦੀ ਬੈਕ 'ਤੇ ਵੀ ਕੀਤਾ ਹੈਗਾ ਜੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਆਪਾਂ ਨੇ ਇੱਦਾਂ ਕਰਕੇ ਸਲੀਵਸ ਬਣਾਈਆਂ ਨੇ ਜੀ ਉਹਨਾਂ ਦੀਆਂ, ਅਤੇ ਇਹ ਉਹਨਾਂ ਦਾ ਦੁਪੱਟਾ ਹੈਗਾ ਜੀ, ਠੀਕ ਹੈ ਜੀ। ਦੈਨ ਇਹਦੀ ਜਿਹੜੀ ਬੋਟਮ ਹੈਗੀ ਆ ਉਹ ਐਵੇਂ ਬਣਾਈ ਹੈ ਜੀ ਆਪਾਂ ਨੇ, ਠੀਕ ਹੈ ਜੀ। ਇਹ ਇਹਨਾਂ ਦੀ ਬੋਟਮ ਬਣੀ ਹੋਈ ਆ, ਬਹੁਤ ਹੀ ਸੋਹਣਾ ਦੇਖੋ ਵਰਕ ਹੋਇਆ ਹੋਇਆ। ਇਹ ਅਸੀਂ ਤਾਂ ਸੇਮ ਕਲਰ 'ਚ ਬਣਾਈ ਹੈ ਜੀ, ਕਦੀ ਆਪਣੇ ਕੋਲ ਕੋਈ ਇੱਦਾਂ ਦਾ ਸ਼ਰਟ ਪਿਆ ਹੁੰਦਾ ਅਤੇ ਆਪਾਂ ਉਹਦੇ ਨਾਲ ਪਾ ਸਕਦੇ ਹੋਈਏ, ਇਸ ਕਰਕੇ ਇਹਨੂੰ ਕਲਰਫੁੱਲ ਨਹੀਂ ਬਣਾਇਆ ਜੀ। ਕਿਉਂਕਿ ਆਫ ਵਾਈਟ ਸਲਵਾਰ ਆਪਣੇ ਕੋਲ ਹੁੰਦੀ ਹੈ ਅਤੇ ਆਪਾਂ ਸ਼ਰਟ ਕਿਹੜੀ ਵੀ ਮਰਜ਼ੀ ਪਾ ਸਕਦੇ ਹਾਂ। ਇਹ ਦੁਪੱਟਾ ਸੀ ਜੀ ਇਹਨਾਂ ਦਾ, ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੀ ਆਪਾਂ ਨੇ ਕਲਰ ਕੱਢ ਕੇ ਇਹਦਾ ਕੰਮ ਕੀਤਾ ਜੀ। ਅਤੇ ਹੁਣ ਆਪਣਾ ਜਿਹੜਾ ਹੈਗਾ ਜੀ ਨੈਕਸਟ ਸੂਟ ਉਹ ਹੈਗਾ ਜੀ ਇਹ ਵਾਲਾ। ਇਹ ਵੀ ਮੇਰੇ ਬਹੁਤ ਹੀ ਵਧੀਆ ਕਸਟਮਰ ਨੇ ਜੀ, ਨਵਰੂਪ ਭੈਣ, ਉਹਨਾਂ ਦਾ ਕੰਮ ਵੀ ਬਹੁਤ ਟਾਈਮ ਤੋਂ ਹੁੰਦਾ ਕਿ ਵੀ ਵਿਚਾਰੇ ਬਹੁਤ ਪੇਸ਼ੈਂਸ ਹੈਗੀ ਆ ਸਾਰੇ ਕਸਟਮਰਸ ਦੇ ਵਿੱਚ ਜੀ। ਇਹ ਆਪਾਂ ਨੇ ਦੇਖੋ ਜੀ ਤੁਸੀਂ, ਸਾਡੇ ਮਾਸਟਰ ਜੀ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਇਹਨੂੰ ਡਿਜ਼ਾਇਨ ਕੀਤਾ ਜੀ, ਦੇਖ ਸਕਦੇ ਹੋ ਤੁਸੀਂ। ਇਹ ਪਿਓਰ ਬਟਰ ਕੋਟਨ ਦਾ ਸੂਟ ਹੈਗਾ ਜੀ, ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ। ਇਹਦੇ ਵਿੱਚ ਆਪਣੇ ਕੋਲ ਸੂਟਸ ਕਾਫੀ ਅਵੇਲੇਬਲ ਹੈਗੇ ਆ ਜੀ, ਇਹਦੀਆਂ ਬਾਜੂ ਦੇ ਵਿੱਚ ਵੀ ਆਪਾਂ ਨੇ ਲੇਸ ਦਿੱਤੀ ਹੈਗੀ ਆ, ਅਤੇ ਬੈਕ 'ਤੇ ਵੀ ਲੇਸ ਦਿੱਤੀ ਹੈਗੀ ਆ, ਬਹੁਤ ਸੋਹਣੀ ਲੇਸ ਲੱਗੀ ਹੋਈ ਆ ਜੀ।
ਦੈਨ ਇਹਦੇ ਨਾਲ ਆਪਾਂ ਜਿਹੜਾ ਸਲਵਾਰ ਬਣਾਈ ਆ ਉਹ ਇਸ ਕਰਕੇ ਸਿੰਗਲ ਕਲਰ ਦੀ ਰੱਖੀ ਹੈਗੀ ਆ ਕਿ ਕੱਲ੍ਹ ਨੂੰ ਆਪਣੇ ਕੋਲ ਕੋਈ ਸ਼ਰਟ ਪਈ ਹੁੰਦੀ ਆ, ਕਿਉਂਕਿ ਮੈਨੂੰ ਇਹ ਬੜੀ ਹੁੰਦੀ ਆ ਕਿ ਵੀ ਜਦੋਂ ਕਸਟਮਰ ਕੋਈ ਸੂਟ ਬਣਵਾਉਂਦਾ ਕਮ ਸੇ ਕਮ ਸਲਵਾਰ ਉਹਦੀ ਕਿਸੇ ਦੂਸਰੀ ਸ਼ਰਟ ਨਾਲ ਕੰਮ ਆਉਣੀ ਚਾਹੀਦੀ ਹੈ ਜੀ। ਇਹ ਬਣਾਈ ਆ ਆਪਣੇ ਸਲਵਾਰ ਜੀ, ਅਤੇ ਇਹਦੇ ਨਾਲ ਆਪਾਂ ਨੇ ਇਹ ਦੁਪੱਟਾ ਰੱਖਿਆ ਜੀ, ਟਾਈ ਐਂਡ ਡਾਈ ਦਾ ਦੁਪੱਟਾ ਜੀ, ਲੇਸ ਲਗਾਈ ਹੈ, ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਉਹਨਾਂ ਦਾ, ਅਤੇ ਇਹ ਭੈਣ ਉਹਨਾਂ ਦੇ ਸੂਟ ਸੀਗੇ ਜੀ। ਅਤੇ ਬਾਕੀ ਜੀ ਜਿਵੇਂ ਕਿ ਆਪਾਂ ਨੇ ਹੁਣ ਇਹ ਵੀ ਰੈਡੀ ਕੀਤਾ ਸੀਗਾ ਜੀ, ਇਹ ਦੂਸਰਾ ਸੂਟ ਬਣ ਕੇ ਜਾ ਰਿਹਾ ਸਿਲਕ ਦੇ ਵਿੱਚ ਜੀ। ਇਹ ਵੀ ਦੇਖੋ ਤੁਸੀਂ, ਇਹ ਵੀ ਬਹੁਤ ਪਿਆਰਾ ਬਣਿਆ ਹੋਇਆ, ਰਸਟ ਜੀ ਔਰੇਂਜ ਰਸਟ ਜੀ ਕਲਰ ਦੇ ਉੱਪਰ, ਇਹਨੂੰ ਸਾਈਡਸ 'ਤੇ ਪੈਨਲ ਦੇਖੋ ਦਿੱਤੇ ਹੈਗੇ ਆ, ਬਹੁਤ ਹੀ ਸੋਹਣਾ, ਅਤੇ ਸਲੀਵਸ ਦੇ ਉੱਪਰ ਵਰਕ ਹੈਗਾ, ਠੀਕ ਹੈ ਜੀ। ਇਹ ਪਿਓਰ ਸਿਲਕ ਦਾ ਸੂਟ ਹੈ ਜੀ, ਇਹਦੇ ਸਲਵਾਰ 'ਤੇ ਵੀ ਆਪਾਂ ਨੇ ਐਵੇਂ ਕੰਮ ਕੀਤਾ, ਅਤੇ ਦੁਪੱਟਾ ਇਹਦਾ ਰੱਖਿਆ ਆਪਾਂ ਨੇ ਟਾਈ ਐਂਡ ਡਾਈ ਦਾ ਜੀ, ਬਹੁਤ ਹੀ ਸੋਹਣਾ ਦੁਪੱਟਾ ਹੈਗਾ। ਆਪਾਂ ਨੇ ਪੱਲਿਆਂ ਦੇ ਵਿੱਚ ਅਪ ਐਂਡ ਡਾਊਨਸ ਦਾ ਕਲਾਊਡਸ ਬਣਾਏ ਹੋਏ ਨੇ, ਬਹੁਤ ਹੀ ਸੋਹਣੇ ਲੱਗ ਰਹੇ ਨੇ ਜੀ। ਇਹ ਰਸਟ ਅਤੇ ਔਰੇਂਜ ਕਲਰ ਦਾ, ਇਹਨੂੰ ਵੀ ਤੁਸੀਂ ਦੇਖੋ, ਤੁਸੀਂ ਦੋ ਤਿੰਨ ਸੂਟਸ ਜਿਵੇਂ ਆਪਣੇ ਹੁੰਦੇ ਆ ਆਪਾਂ ਲੈ ਸਕਦੇ ਹਾਂ, ਇਹਦੇ ਨਾਲ ਦੋ ਸੂਟਸ ਜਿਵੇਂ ਹੁੰਦੇ ਆ, ਕਈ ਵਾਰ ਇਹ ਕਲਰ ਦਾ ਹੁੰਦਾ, ਕਈ ਵਾਰ ਰਾਣੀ ਸ਼ੇਡ ਦਾ ਹੁੰਦਾ, ਅਤੇ ਇਸ ਕਰਕੇ ਹਲਕੀ ਜਿਹੀ ਜਿਹੜੀ ਹੈਗੀ ਆ ਪਾਈਪਿੰਗ ਲਗਾਈ ਹੈ ਇਹਦੀ ਲੇਸ ਜੀ, ਤਾਂ ਕਿ ਕਿਸੇ ਹੋਰ ਹੋਰ ਸੂਟ ਨਾਲ ਅਜੀਬ ਨਾ ਲੱਗੇ ਜੀ। ਅਤੇ ਇਹ ਸੀ ਜੀ ਆਪਣੀ ਕਲੈਕਸ਼ਨ ਜੀ, ਹਾਂਜੀ ਜੀ ਇਹ ਸੀ ਜੀ ਅੱਜ ਦੀ ਕਲੈਕਸ਼ਨ ਜਿਸ ਦੇ ਵਿੱਚ ਮੈਂ ਤੁਹਾਨੂੰ ਸੂਟਸ ਦਿਖਾਏ ਆ ਜੀ। ਉਮੀਦ ਕਰਦੀ ਹਾਂ ਬਹੁਤ ਬਹੁਤ ਤੁਹਾਡਾ ਥੈਂਕ ਯੂ ਜੀ, ਉਮੀਦ ਕਰਦੇ ਤੁਹਾਨੂੰ ਮੇਰੀ ਕਲੈਕਸ਼ਨ ਪਸੰਦ ਆਈ ਹੋਈ ਜੀ। ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਮੇਰੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗੀ। ਸਤਿ ਸ਼੍ਰੀ ਅਕਾਲ।